ਅੱਗੇ ਨਾਓ ਭਾਜੀ ਕੈਮਰੇ ਦੇ ਅੱਗੇ ਨਾਓ ਬੋਲੇ
ਸੰਗਤ ਗੁਰਚਰਨ ਰਾਸ ਨਾਮ ਦੱਸੇ ਹੋਏ ਸਹਾਈ ਅਰਜਨ ਗੋਬਿੰਦ ਸਿੰਘ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਦੀ ਆਈ ਹੈ ਜਿਸ ਜਿੱਥੇ ਤਾਂ ਸੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਹਾਉਣੇ ਜਾਵੇ ਤਾਂ ਇਹ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਭ ਸਾਈ ਹੋਏ ਸਹਾਏ ਤੇ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰੇ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੇ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰੇ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੇ ਮਾਂ ਬਾਪ ਹਨ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਤੇ ਜੋ ਬੋਲੇ ਜਾਂ ਉਹ ਆਤਿਸ਼ ਹੋਵੇ ਤੇ ਮਾਂ ਬਾਪ ਅਨੁਸਾਰ ਪਾਤਸ਼ਾਹ ਜੀ ਉਹ ਦਰ ਕਰਦੇ ਪ੍ਰੀਤਵਾਨ ਸੂਰਜ ਕਪੂਰ ਦੇ ਪੁੱਤਰ ਦਿਆਲ ਚੰਦ ਕਪੂਰ ਦੇ ਬੇਟੇ ਪਾਤਸ਼ਾਹ ਜੀ ਉਹਨਾਂ ਦੀ ਬਰਾਤ ਜਾ ਰਹੀ ਹੈ ਪਾਤਸ਼ਾਹ ਜੰਦ ਲੈ ਕੇ ਜਾ ਰਹੇ ਨੇ ਰਸਤੇ 'ਚ ਆਪ ਅੰਗ ਸੰਗ ਸਹਾਈ ਹੋਣਾ ਰਸਤੇ ਦੀਆਂ ਮੁਸ਼ਕਲਾਂ ਆਸਾਨ ਕਰਨੀਆਂ ਕਾਜ ਰਾਸ ਕਰਨੇ ਤੱਕ ਦੂਰ ਕਰਨੇ ਚੜ੍ਹਦੇ ਇਕਲੌਲਾ ਜੀ ਨੂੰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਉਹ ਸੂਰਜ ਕਪੂਰ ਵੱਲੋਂ ਪਾਤਸ਼ਾਹ ਜੀ ਉੱਠ ਟਾਣੀ ਕੱਟਣ ਦੀ ਪਾਤਸ਼ਾਹ ਜੀ ਉਹ ਆਗਿਆ ਮੰਗਦੇ ਨੇ ਪਾਤਸ਼ਾਹ ਜੀ ਉਹ ਆਗਿਆ ਦੇਣੀ ਪਾਤਸ਼ਾਹ ਜੀ ਉਹ ਮੁਸ਼ਕਲਾਂ ਆਸਾਨ ਕਰਨੀਆਂ ਕਾਜ ਰਾਸ ਕਰਨੇ ਹਰ ਪ੍ਰਕਾਰ ਦੀ ਸਹਾਇਤਾ ਕਰਨੀ ਸਹੀ ਪਿਆਰੇ ਮਿਲ ਜ ਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ Oh!
ਪਾਰਟੀ ਅੰਦਰ ਆ ਜਾਣਾ ਤਾਂ ਗੱਲ ਨਹੀਂ।
I
जला रहे हैं।
ਸ੍ਰੀ ਵਾਹਿਗੁਰੂ ਓਮਕਾਰ ਜੀ ਕੀ ਫਤਿਹ। ਸ੍ਰੀ ਭੌਤੀ ਜੀ ਸਾਹਿਬ ਬਾਲ ਸਿੰਘ ਭੌਤੀ ਜੀ ਕੀ ਪਾਤਸ਼ਾਹ ਦਸੇ ਪ੍ਰਥਮ ਗੁਰਤੀ ਸਮਰ ਕੇ ਗੁਰੂ ਨਾਨਕ ਦੇਵ ਧਿਆਏ ਰੰਗ ਗੁਰ ਤੇ ਅਮਰਦਾਸ ਆਮ ਦਸ ਗੁਰੀ ਸਾਹਿਬ ਅਰਜਨ ਹਰ ਗੋਬਿੰਦ ਰੂਪ ਸਿੰਘ ਬਹੁ ਸ੍ਰੀ ਅਭਰਾਏ ਜੀ ਸ੍ਰੀ ਹਰਿ ਕ੍ਰਿਸ਼ਨ ਜੀ ਆਇਸ਼ ਕੀ ਸਤਿ ਜਾਏ ਤੇਗ ਬਹਾਦਰ ਸਿਮਰੇ ਕਰ ਨਾਮ ਜਾ ਵੀ ਧਾਰੇ ਸਭ ਥਾਈ ਹੋਏ ਸਾਰੇ ਧੰਨਵੰਦ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸੋਨਾ ਦੇਵੀ ਨਿਧਾਨ ਸਿੰਘ ਪ੍ਰਜਾ ਪਰਿਵਾਰ ਮੁੱਖ ਮੰਤਰਾ ਪ੍ਰਸ਼ਾਦ ਅਧਿਕਾਰ ਦੀ ਵਿਸ਼ੇਸ਼
ਵਾਲੀ ਸਟੇਜ ਵਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋ ਵਾਰੀ ਸੰਗਤ ਸ਼ੁਕਰੋ ਕਿਰਪਾ ਜੀ ਆਪਣਾ ਰਸਤਾ ਪਵਿੱਤਰ ਕਰੋ ਜੀ ਤੇ ਕਿਰਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸਾਧ ਸੰਗਤ ਵੱਡੇ ਭਾਗਾਂ ਵਾਲੇ ਹੋ ਜੋ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਹਜ਼ੂਰ ਜੁੜ ਕੇ ਗੁਰਬਾਣੀ ਦੇ ਰਸ ਮਾਣ ਰਹੇ ਹੋ ਆਓ ਕੁਛ ਸਿੱਖ ਕਰੇ ਉਸ ਪ੍ਰਭੂ ਪਰਮਾਤਮਾ ਨਾਮ ਨਾਲ ਜੁੜਨ ਦੇ ਕਿਰਪਾਲਤਾ ਕਰਨੀ ਜੀ ਓ ਵਾਹਿਗੁਰੂ ਸਤਿਕਾਰਯੋਗ
ਗੁਰ ਪਿਆਰੇ ਸਾਹਿਬ ਜੀਓ ਦੋ ਚਾਰ ਪੰਜ ਮਿੰਟ ਆਪ ਜੀ ਨਾਲ ਹੋਰ ਵੀ ਜ਼ਰੂਰ ਲੱਗਣਗੇ ਜੋ ਕੁਛ ਬਰਾਦਰ ਦੇ ਬਾਰੇ ਆ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਹਨ ਪਰਿਵਾਰ ਦੇ ਚ ਬੇਨਤੀ ਹੈ ਜਿਹਾ ਕਿ ਆਪਣਾ ਜੋ ਵੀ ਰੀਤ ਰਿਵਾਜ ਹਨ ਉਹ ਬੱਚਿਆਂ ਨੂੰ ਇੱਕ ਸਾਈਡ 'ਤੇ ਬਿਠਾ ਕੇ ਕਰ ਸਕਦੇ ਹਨ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਜੋ ਫੇਰੇ ਹੋ ਚੁੱਕੇ ਹਨ ਉਸ ਤੋਂ ਬਾਅਦ ਕੋਈ ਰਿਵਾਜ ਨਹੀਂ ਹੈ ਸੋ ਜਿਹਨਾਂ ਦੇ ਆਪਣੇ ਕੋਈ ਰਿਵਾਜ ਹਨ ਉਹ ਬੱਚਿਆਂ ਨੂੰ ਇੱਕ ਸਾਈਡ 'ਤੇ ਬਿਠਾ ਕੇ ਆਪਣਾ ਜੋ ਵੀ ਰੀਤ ਰਿਵਾਜ ਹੈ ਉਹ ਕਰ ਸਕਦੇ ਹਨ ਜੀ ਸਭ ਤੋਂ ਪਹਿਲਾਂ ਆਪ ਸਰਬਤ ਸਾਧ ਸੰਗਤ ਦੇ ਚਰਨਾਂ 'ਚ ਨਿਮਰ ਸਰ ਬੇਨਤੀ ਹੈ ਜਿੱਥੇ ਕਿ ਆਪ ਜੀ ਨੇ ਦੇਖਿਆ ਜੋ ਸਾਡੇ ਕੋਲ ਸੋ ਜਿੱਥੇ ਆਪ ਜੀ ਨੇ ਦੇਖਿਆ ਜੋ ਅੱਜ ਤੋਂ ਦੋ ਦਿਨ ਪਹਿਲੇ ਕਪੂਰ ਪਰਿਵਾਰ ਦੇ ਨਾਲ ਜੋ ਮੰਦਿਰ ਵਿਖੇ ਇੱਕ ਹਾਦਸਾ ਹੋਇਆ ਸੋ ਵਾਹਿਗੁਰੂ ਦੇ ਅਪਾਰ ਪਰਚੇ ਸਦਕਾ ਜੋ ਵੀ ਗਲਤੀ ਹੋਈ ਸੀ ਉਹ ਦੋਨੋਂ ਬਰਾਦਰੀਆਂ ਦੇ ਮੇਲ ਮਿਲਾਪ ਨਾਲ ਜਾਂ ਜੋ ਵੀ ਹੋਇਆ ਉਹ ਪ੍ਰੋਗਰਾਮ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹ ਪ੍ਰੋਗਰਾਮ ਪੂਰਨ ਹੋ ਚੁੱਕਾ ਵਾਹਿਗੁਰੂ ਨੇ ਕਿਰਪਾ ਕੀਤੀ ਅੱਜ ਅੰਨ ਕਾਰਜ ਵੀ ਹੋ ਗਏ ਅੱਗੇ ਵਾਸਤੇ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਨਾ ਹੋਵੇ ਇਸ ਦੇ ਬਾਰੇ ਦੱਸਣੇ ਕੱਲ੍ਹ ਰਾਤ ਨੂੰ ਹੀ ਜੋ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਹੋਈ ਸਾਰੇ ਬਰਾਦਰੀ ਦੇ ਸਰਬਰਾਏ ਇਕੱਠੇ ਹੋਏ ਅਤੇ ਉੱਥੇ ਕੁਛ ਫੈਸਲੇ ਲਿੱਤੇ ਗਏ ਕਿ ਜਿਨ੍ਹਾਂ ਨੇ ਵੀ ਅੱਗੇ ਵਾਸਤੇ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਆਪਦੇ ਨੂੰ ਪਤਾ ਹੈਗਾ ਅੱਜ ਕੱਲ੍ਹ ਸਾਡੇ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਸ਼ਰਾਰਤੀ ਤੱਤਵ ਹਨ ਕਿੱਥੇ ਹਿੰਦੂ ਮੁਸਲਮਾਨ ਕਿੱਥੇ ਹਿੰਦੂ ਸਿੱਖ ਕਿੱਥੇ ਮੁਸਲਮਾਨ ਸਿੱਖ ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਰਾਰਤੀ ਤਬਕੇ ਹਨ ਜੋ ਲੋਕਾਂ ਨੂੰ ਆਪਸ ਵਿੱਚ ਲੜਵਾ ਰਹੇ ਹਨ ਸੋ ਵਾਹਿਗੁਰੂ ਨਾਲ ਕਿ ਕੱਲ੍ਹ ਇਸ ਤਰ੍ਹਾਂ ਸਾਡੇ ਨਾਲ ਵੀ ਹੋਵੇ ਸਾਡੇ ਬਰਾਦਰੀ ਨਾਲ ਇਸ ਤਰ੍ਹਾਂ ਦੀ ਕੁਛ ਗੱਲ ਹੋਵੇ ਇਹ ਨਾ ਹੋਏ ਇਸ ਵਿੱਚ ਕਰਕੇ ਕੱਲ੍ਹ ਰਾਤ ਨੂੰ ਹੀ ਬਰਾਦਰੀ ਵੱਲੋਂ ਦੋ ਚਾਰ ਫੈਸਲੇ ਲਿੱਤੇ ਗਏ ਜੋ ਕਿ ਜਿੱਥੇ ਘਰ ਕਰੋੜੀ ਪਰਣੀ ਜਾਂ ਪਸ਼ਤੋ ਦੇ ਵਿੱਚ ਗਰਾਇਡ ਕਵਲ ਕਲੋਰ ਮਿਜਨ ਜਿਸ ਨੂੰ ਸਾਡੇ ਬਰਾਦਰੀ ਮਨਾਉਂਦੀ ਹੈ ਉਹ ਹਰ ਸਿੱਖ ਹਰ ਹਿੰਦੂ ਧਰਮ ਦੇ ਅੰਦਰ ਕਰਕਰੋੜੀ ਭਰਨ ਦਾ ਇੱਕ ਅਲੱਗ ਮਹੱਤਵ ਹੈ ਇੱਕ ਅਲੱਗ ਰਿਵਾਜ ਹੈ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਵਕਤ ਵਕਤ ਅਨੁਸਾਰ ਪ੍ਰੋਗਰਾਮਾਂ ਦੇ ਵਿੱਚ ਤਬਦੀਲੀਆਂ ਆ ਗਈਆਂ ਹਰ ਪ੍ਰੋਗਰਾਮ ਦੇ ਵਿੱਚ ਨਸ਼ਿਆਂ ਨੇ ਜਗ੍ਹਾ ਲੈ ਲਿਆ ਧਰਮ ਨੇ ਜਗ੍ਹਾ ਛੋੜ ਦਿੱਤਾ ਜਿੱਥੇ ਵੀ ਨਸ਼ੇ ਆ ਜਾਂਦੇ ਹਨ ਜਿੱਥੇ ਵੀ ਸੰਸਾਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਰੀਤ ਰਿਵਾਜ ਆ ਜਾਂਦੇ ਹਨ ਉੱਥੇ ਸਾਡੇ ਆਪਣੇ ਮੁੱਢਲੇ ਜਿਹੜੇ ਰੀਤ ਰਿਵਾਜ ਹਨ ਉਹ ਗਾਇਬ ਹੋ ਜਾਂਦੇ ਹਨ ਜਿਸ ਤਰ੍ਹਾਂ ਅੱਜ ਅਸੀਂ ਪੱਛਮੀ ਦੇਸ਼ਾਂ 'ਚ ਰਹਿ ਰਹੇ ਹਾਂ ਉੱਥੇ ਸਾਡੇ ਕੋਲ ਰਿੰਗ ਸੈਰੇਮਨੀਆਂ ਸ਼ੁਰੂ ਹੋ ਗਈਆਂ ਜਿੱਥੇ ਮੁਸਲਿਮ ਵੀਰ ਹਲਦੀ ਦੀ ਰਸਮ ਜਾਂ ਮਹਿੰਦੀ ਦੀ ਰਸਮ ਕਰਦੇ ਹਨ ਅਸੀਂ ਉਸ ਸਦੀਆਂ ਤੋਂ ਕਰ ਰਹੇ ਹਾਂ ਜਿੱਥੇ ਕਿ ਮੁਸਲਮਾਨ ਧਰਮ ਦੇ ਵਿਖੇ ਕੁੜੀ ਜਦੋਂ ਬਾਹਰ ਆਉਂਦੀ ਹੈ ਤੇ ਉਦੋਂ ਕਿ ਫੁੱਲਾਂ ਦੀ ਚਾਦਰ ਲਗਾਈ ਜਾਂਦੀ ਹੈ ਅਸੀਂ ਉਹ ਵੀ ਸ਼ੁਰੂ ਕਰ ਲਿਆ ਬਾਕੀ ਮਹਿੰਦੀ ਦਾ ਰਿਵਾਜ ਬਾਕੀ ਜਿੱਥੇ ਕਰਕਰੋੜੀ ਪਾਈ ਜਾਂਦੀ ਹੈ ਜੋ ਧਾਰਮਿਕ ਇੱਕ ਸਾਡਾ ਰਿਵਾਜ ਹੈ ਉਸ ਨੂੰ ਅਸੀਂ ਅੰਡਿਆਂ ਤੇ ਗੋਬਰ ਤੇ ਰੰਗ ਤੇ ਗੰਗ ਗਲਦਰ ਨਾਲ ਮਿਕਸ ਕਰ ਦਿੱਤਾ ਮਤਲਬ ਹੋਇਆ ਕੀ ਜਿੱਥੇ ਜਿੱਥੇ ਅਸੀਂ ਹਿੰਦੂ ਮੁਸਲਮਾਨ ਸਿੱਖ ਈਸਾਈ ਜਿਹੜੇ ਧਰਮ ਜੋ ਵੀ ਕਰਮ ਕਰਦੇ ਹਨ ਉਹ ਅਸੀਂ ਅਪਣਾ ਲਏ ਤੇ ਗਾਇਬ ਕੀ ਹੋਇਆ ਸਿੱਖੀ ਧਰਮ ਉਸ ਦੇ ਅੰਦਰ ਗਾਇਬ ਹੋ ਗਿਆ ਆਨੰਦ ਕਾਰਜ ਵਾਸਤੇ ਅੱਧਾ ਘੰਟਾ ਟਾਈਮ ਸੀ ਰਾਤ ਰੋਡ ਤੇ ਨੱਚਣ ਵਾਸਤੇ 6 ਘੰਟੇ ਸਾਡੇ ਕੋਲ ਗੁਰਦੁਆਰਾ ਸਾਹਿਬ ਦੇ ਪਾਠ ਵਾਸਤੇ 15 ਮਿੰਟ ਸਾਡੇ ਕੋਲ ਟਾਈਮ ਨਹੀਂ ਹੈ ਲੇਕਿਨ ਗੁਰਦੁਆਰਾ ਸਾਹਿਬ ਤੋਂ ਸ਼ੋਲ ਦੀ ਰਸਮ ਅਦਾ ਕਰਨ ਤੋਂ ਬਾਅਦ 4 ਘੰਟੇ ਰੋਡ ਤੇ ਨੱਚਣ ਵਾਸਤੇ ਖੁੱਲ੍ਹਾ ਟਾਈਮ ਹੈ ਕਰਕਰੋੜੀ ਭਰਨ ਵਾਸਤੇ ਧਾਰਮਿਕ ਸਿਸਟਮ ਵਾਸਤੇ ਸਾਡੇ ਕੋਲ ਕੋਈ ਟਾਈਮ ਨਹੀਂ ਹੈ ਲੇਕਿਨ ਬਾਹਰ ਨਿਕਲ ਕੇ ਅੰਡੇ ਮਾਰਨੇ ਗੋਬਰ ਮਾਰਨੇ ਗਲ ਗਲੇਦਰ ਕਰਨ ਵਾਸਤੇ ਪੂਰਾ ਫੁੱਲ ਟਾਈਮ ਹੈ ਸਾਡੇ ਕੋਲ ਸੋ ਵਾਕਿਆ ਨੇ ਦਿਲ ਦੁਖਦਾ ਹੈ ਜਿੱਥੇ ਜਿੱਥੇ ਸਾਡੇ ਧਰਮ ਜਿਹਦੇ ਜਿੱਥੇ ਪਹਿਲੇ ਅਸੀਂ ਦੇਖਦੇ ਸੀ ਅਗਰ ਪੰਡਿਤ ਜੀ ਦੇ ਲਾਮਾ ਆਉਂਦੇ ਸਨ ਤਾਂ 4-4.5 ਘੰਟੇ ਲਾਮਾ ਸੰਪੂਰਨ ਹੁੰਦੇ ਸਨ ਅਗਰ ਗੁਰਦੁਆਰੇ ਲਾਮਾ ਆਉਂਦੇ ਸਨ ਤਾਂ ਉਹਦੇ ਟਾਈਮ ਨਾਲ ਹੀ ਅੱਜ ਅਸੀਂ 6 ਵਜੇ ਸ਼ਾਮ ਰਹਿਣਾ ਸਾਹਿਬ ਦਾ ਟਾਈਮ ਖਾ ਲਿਆ ਅਸੀਂ ਫੇਰੇ ਕਰਵਾ ਰਹੇ ਹਾਂ
कि दो दो बजे तक कारों नहीं निकल रहे, क्यों दी नहीं आ रही है, बैंड नहीं आ रही है, बच्चा नहीं आ रहा है, जबकि बात वाले दिन साढ़े कोई काम नहीं है। मुंडे को इशान कराना, गुरुद्वारा साहब ले आना है जी, सेराबंदी और फेरे कराने किसी किसी 12 घंटे लग रहे। बड़ी अफसोस की गल है, पूरे यकीन जानो अज मैं थोड़े नाल खुला गल कर रहा, अज कड़ा प्रसाद भी नहीं वरत्या गया। यकीन जानो कि इसी कुरीतियां के वजह करके दस माफी तो जा चुका है, क्योंकि कोई गल करनी जरूरी है, संगत बाद च इतराज भी करती है। तुम यकीन जानते हो, देखते हो कि अज साढ़े बच्चे के विआह हो जाते हैं, तो उसके 50% के घर के बच्चे नहीं पैदा होते। एक बार गज के आखो जी सतनाम, साढ़े घर के अंदर बच्चे नहीं पैदा होते, जवान बच्चे 18 साल की कुड़ी है, 20 साल का मुंडा है, उसका विआह होंगे जी, 50% तक बच्चे नहीं पैदा होते। क्यों नहीं पैदा होते जी? असी दुनिया भर के नशे शीशे हुक्के डर दारू एक दुनिया भर के सारी चीजा असं अपना ली हैं, तो साढ़े अंदर नफुसकी आ गई, साढ़े नसा सो गई, साढ़े गुरदे खराब हो गए, साढ़े आंखें खराब हो गई। आने वाले जनरेशन को असं की जवाब दे सकते हैं? साढ़े कोई जवाब नहीं है। खराब असी किता, मैं इजाजत दी मेरे पुत्र ने जी 50 बंदे बुलाए, मैं इजाजत दी मेरे पुत्र जाके मैं 10,000 की गड्डी दी, मेरा पुत्र जाके 2 कार्टन शराब लेके आया, मैं इजाजत दी 20,000 रुपए देते, मेरा पुत्र जाके 50 होके बुक करवा के आया। ये साड़ी आज की हालात है, ये आज साढ़े ब्यावान के गल हैं। नाल ही जिथे दाड़ी कट्टन या वाल कट्टन या जन्मदिन, कितने ऐसे रिवाज बना ले। हर एक प्रोग्राम से असी जी 200 बंदे का रिसेप्शन, हर एक प्रोग्राम से 400 बंदे रोटी, हर एक प्रोग्राम से बैंकट रोटी। अरे शुक्र करो सानू परमात्मा ने कुछ दमने दिते हैं। अज 40 साल 30 साल पहले असी आया, रेडिया चला चला के इतने पहुंचा, उस परमात्मा तो भी एक जरा देखो, उसका शुकराना करो। शायद पूरी बरादरी इस तरह का कोई बंदा होवे कि भाई 20 लाख 50 लाख रुपए काबुल तो लेके आया हुआ है, किसे गड्डियां चलाइया, किसे मजदूरियां कीतियां, किसे रेहड़ियां चलाइया, मेरे वर्गे बंदे 35 साल पकौड़े चलाए, तुहाडे वास्ते रोटियां बनाइया, ते अज परमात्मा ने सानू 2-4 पैसे दे दिते, ते सानू परमात्मा ने गुरबाणी कह रही है भाई दात प्यारी बिसरिया दातार, जिस दित्ती है वह विसर गया। सो सत्संग जीओ, गल बहुत सारिया हो गई, शायद ज्यादा बोड़िया गल भी अच्छा नहीं होंगे। असी कल रात गुरुद्वारा साहब विखे जिते संगत बैठी सी कुछ गलों पर, सब तो पहली गल यह है कि अज तो इसी टाइम तो किसी भी घर के विआह है वो तो कलोल मचनते रंग उड़ाने अंडे फेंकने गोबर फेंकने या इतने तक के सादा पानी फेंकना भी बिल्कुल बंद हो चुका है। आस पास के तिलक नगर के आस पास जो संगत रहती है उन्होंने चरण ने मेरे तक बेनती, उन्होंने वास्ते गुरुद्वारा गुरु अमरदास जी 24 घंटे खुला है। आओ इज्जत नाल आओ, 10 बंदे 15 बंदे 20 बंदे 25 बंदे एक टोल वाला नाल लैके आओ, करकोड़ी पारो सुचिम नाल पारो, इशनान करके पारो उस पानी नूं, क्योंकि मैं आप जी नूं 2 मिनट होर भी लै लवां अगर आप जी की इजाजत होवे। करकोड़ी के बारे साडा गुरमुख की कहिंदा है ये गल करके मैं अपनी समाप्ति कर लवांगा। जिथे करकोड़ी पारी जिथे असी पशु उसनों गणाए कवल कहने, करकोड़ी पारण का मतलब की है, गाना बदलन का मतलब की है? गाना एक धागा नहीं है, असी 150 बंदे तो रोटी कर रहे हैं, गाना बनने वास्ते गाने का मतलब की है? वो पवित्रता है कि उस तो बाद उस घर के अंदर मिट मुर्गा अंदर लिया भी अलाउड नहीं है। वो गाने को जो शब्द राही पवित्र किया जाता है, जो शब्द भाई जी बोलता है वो इस वजह करके बोलिया जाता है कि तुहाडे विआह दे विच कोई विघन ना पवे, बच्चे ते कोई जादू टूना और कोई ना कर सके, इस वास्ते असीं गाना बनते हैं। और आई सेम चीज करकरोड़ी दे कलोल मचन ते लागू हुंदा है। करकरोड़ी दा मतलब है जिस टाइम सूरज डल गया, ए टाइम मापूल टाइम जो असी इस टाइम खड़े 6:30 बजे तो बाद 8 बजे तो पहले
या मुंडा जिसने भी घर विआह होता है उसका मामा ते मामी ये हक उन्हों का होता है असी ये सब कुछ गवा चुके हैं हक होता कुड़ी या मुंडे के मामा मामी पानी भरण का मंदिर या गुरुद्वारे तो वो लेके आ सकते हैं परिवार के 10-15 बंदे नाल जा सकते हैं पता तो बताओ जी पानी पवित्र लिया के अलमारी के जिथे पवित्र जगह से बंद करके रखा जाता है ताकि कोई उसको छेड़ा छाड़ी ना करे उससे कोई जादू टू ना करे साढ़े आगे बच्चे से कोई बंदिश ना हो और कल सवेरे 7 बजे 6:30 बजे तो पहला पहला सूरज के पहली किरण तो पहला पानी को सूरज की किरण नहीं लगनी चाहिए कुड़ी का अगर मुंडा है मुंडे का मामा अगर कुड़ी है तो कुड़ी की मामी उस बच्चे को इशनान कराने केसी इशनान कराया जाता उस पानी के नाल यह है गुरमत का कलोल में चल और साढ़ गुरमत तुम वेख ही लिया की हो रहा चलो वाहगुरु कृपा करे अगे बस ये चीज बिल्कुल बंद होगी नाले कुछ अगे प्रोग्राम दिली अपराधे के आने वाली हैं जिस तरह के दाढ़ी कटाई का फंक्शन होता है या किसी के बच्चे का जन्मदिन होता है या वाल कटाने होते हैं नाल ही सेम प्रोग्राम गुरसिख परिवार से लागू होएगा जो असी बच्चे का जूड़ा करा दिया चूडा कराते हाँ या बच्चे के पगड़ी बनवाते हाँ या असी गुरमत के मुताबिक जेड़े भी काम करते हैं साढ़े बच्चे वाहगुरु कृपा कर अमृत छका देते हाँ उसके फंक्शन अगे वास्ते काफ़ी कटौती होगी ये बरादरी से लागू होगा व्याह ਖਿਮਾ ਗੱਜ ਕੇ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ।